अस्सलाम वालेकुम। अज तुहानू बहालांगे कि मुंजी किंज लगती है जिदे असी चौल बना के खाने आ। ते मुंजी लाण तो पहला जड़ा ना कद कराना भी जरूरी है, क्योंकि ट्रैक्टर दे नाल जड़ा ना कद करिए तो फिर मुंजी लगती है। कद तो साडा फिलहाल होण डिया आवे, कद तो ट्रैक्टर बढ़िया आवे। इस टाइम असी जाण डए आ जिथे पैली दे विच कद होण डिया साडा ट्रैक्टर दे नाल, ते उत्थे असी पहुंचण वाले आ ते पहुंचने आ ते तुहानू मजीद कद हुंदे दी वी तुहानू वीडियो बहाने आ। ते असी इस टाइम पैली दे कोल पहुंच गए आ। ਉਹ ਵੇਖਿਆ ਕਦ ਹੋਣ ਡਿਆ ਵੇ ਟਰੈਕਟਰ ਪੈਲੀ ਦੇ ਵਿੱਚ ਖਲੋਤਾ ਆਵੇ ਅਤੇ ਕਦ ਉਹਨੇ ਕਰ ਛੜਿਆ ਅਤੇ ਉਹਨੇ ਟਰੈਕਟਰ ਜਿਹੜਾ ਨਾ ਖਲੋ ਗਿਆ। ਪਤਾ ਨਹੀਂ ਕੀ ਗੱਲ ਹੋ ਰਹੀ ਜਾਂ ਤਾਂ ਮੈਨੂੰ ਸ਼ੱਕ ਪੈਂਦਾ ਕਿ ਟਰੈਕਟਰ ਖਰਾਬ ਹੋ ਗਿਆ। ਚਲੋ ਮਜ਼ੀਦ ਉੱਥੇ ਜਾਂਦੇ ਹਾਂ ਅਤੇ ਪੁੱਛਦੇ ਹਾਂ ਫਿਰ। ਹੈਲੋ ਜੀ, ਅਸਾਂ ਤੰਬੀ ਛੰਬੀ ਢੋਂਗ ਲਈ ਹੈ ਅਤੇ ਹੁਣ ਜੁੱਤੀ ਲਾ ਕੇ ਅਤੇ ਅਸੀਂ ਪੈਲੀ ਦੇ ਵਿੱਚ ਵੜਨ ਲੱਗੇ ਹਾਂ ਅਤੇ ਜਾ ਕੇ ਟਰੈਕਟਰ ਵਾਲਿਆਂ ਨੂੰ ਪੁੱਛਦੇ ਹਾਂ ਕਿ ਕਦ ਹੋ ਗਿਆ ਜਾਂ ਕੀ ਹੋਇਆ ਗੱਡੀ ਨੂੰ। ਆਇਓ ਫਿਰ ਚੱਲੀਏ। ਮੁੰਜੀ ਲਾਉਣ ਵਾਸਤੇ ਪਹਿਲਾਂ ਜਿਹੜਾ ਨਾ ਕਦ ਕਰਾਉਣਾ ਜ਼ਰੂਰੀ ਹੈ। ਕਦ ਹੋਈ ਹੈ ਤਾਂ ਫਿਰ ਅਸੀਂ ਮੁੰਜੀ ਲਾਵਾਂਗੇ ਵਿੱਚ। ਇਹ ਮੇਰਾ ਕਜ਼ਨ ਹੈ ਅਤੇ ਇਹ ਕਦ ਡਿਆ ਸੀ ਕਰਾਉਣ। ਇੱਥੇ ਸਵੇਰ ਦਾ ਪਾਣੀ ਛਾਣੀ ਵੀ ਇਹਨੇ ਲਾਇਆ ਪੈਲੀ ਦੇ ਵਿੱਚ, ਅਤੇ ਹੁਣ ਜਿਹੜਾ ਨਾ ਅਸੀਂ ਮੁੰਜੀ ਹੋ ਸਕਦਾ ਕਦ ਸਾਡਾ ਕੰਪਲੀਟ ਹੋਈ ਹੈ ਤਾਂ ਫਿਰ ਅਸਾਂ ਮੁੰਜੀ ਲਾਉਣੀ ਹੈ। ਅਤੇ ਦੱਸੋ ਜੀ, ਇਹਨਾਂ ਨੂੰ ਮਿਹਨਤ ਕਿੰਝ ਹੁੰਦੀ ਹੈ? ਮੁੰਜੀ ਸਹੀ ਲੱਗਦੀ ਹੈ? ਕੋਈ ਗਰਮੀ ਵੀ ਤਾਂ ਬੜੀ ਪੈਣ ਡਈ। ਗਰਮੀ ਬੜੀ ਪੈ ਰਹੀ ਹੈ, ਬਸ ਕੀ ਸੂਰਤ ਹਾਲ ਹੈ, ਬੜੀ ਭੈੜੀ ਹਾਲਤ ਹੈ। ਹੈਲੋ ਜੀ, ਅਸੀਂ ਟਰੈਕਟਰ ਦੇ ਕੋਲ ਆ ਗਏ ਹਾਂ ਅਤੇ ਗੱਡੀ ਵਾਲੇ ਨੂੰ ਪੁੱਛਦੇ ਹਾਂ ਕਿ ਕੀ ਮਸਲਾ ਬਣ ਗਿਆ ਵੇ, ਜਿਹੜਾ ਗੱਡੀ ਬੰਦ ਹੋ ਗਈ ਹੈ। ਹਾਂਜੀ ਸਾਹਿਬ ਜੀ, ਕੀ ਹਾਲ ਹੈ? ਤੇ ਕੀ ਮਸਲਾ ਹੋਇਆ ਗੱਡੀ ਬੰਦ ਕਰ ਛੱਡੀ ਦੇ? ਉਸਤਾਦ ਜੀ, ਉਹ ਪਿੱਛੋਂ ਸ਼ਾਫਟ ਟੁੱਟ ਗਈ ਤੇ ਤਾਂ ਮੜਾ ਫਿਰ ਗੱਡੀ ਬੰਦ ਕਰ ਦਿੱਤੀ। ਵਿਚਾਰੇ ਦੀ ਸ਼ਾਫਟ ਟੁੱਟ ਗਈ ਹੈ ਤੇ ਜਿਹਦੀ ਵਜ੍ਹਾ ਦੇ ਨਾਲ ਕਦ ਉਂਝ ਮੁਕੰਮਲ ਹੋ ਗਿਆ ਤੇ ਹੁਣ ਵਿਚਾਰਾ ਖਲੋ ਗਿਆ ਵੇ। ਉਹਨੇ ਇਹਨੇ ਕਦ ਦੇ ਪੈਸੇ ਨਹੀਂ ਲੈਣੇ ਜਿੰਨੇ ਇਹਨੇ ਜਿਹੜਾ ਨਾ ਗੱਡੀ ਖਰਾਬ ਹੋ ਗਈ ਹੈ, ਤੇ ਹੁਣ ਵਿਚਾਰੇ ਨੂੰ ਇੱਥੋਂ ਖੜਨੀ ਵੀ ਮੁਸ਼ਕਲ ਹੈ। ਇਹ ਕਦ ਹੋ ਗਿਆ ਵੇ ਤੇ ਗੱਡੀ ਵੇਖਿਆ ਬੰਦ ਹੋ ਗਈ ਹੈ ਹੁਣ, ਤੇ ਇਸ ਤੋਂ ਬਾਅਦ 'ਚ ਹਾਂ ਮੁੰਜੀ ਲਾਉਣੀ ਹੈ। ਜੇ ਤੁਸੀਂ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਮਜ਼ੀਦ ਤੁਹਾਨੂੰ ਜਿਹੜੀਆਂ ਨਾ ਇਹਦੇ ਰਿਲੇਟਡ ਵਲੌਗ ਵੀਡੀਓ ਵੇਖਣ ਨੂੰ ਮਿਲਣ ਪਿੰਡਾਂ ਦੀਆਂ, ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਕਦ ਕਰਾਉਂਦੇ ਆ ਬੰਦਾ ਟਰੈਕਟਰ ਦੇ ਉੱਤੇ ਬੈਠਾ ਹੋਏ ਅਤੇ ਮਜ਼ਾ ਹੀ ਬੜਾ ਆਉਂਦਾ ਵਿਆ, ਵੇਖ ਸਕਦੇ ਹੋ ਤੁਸੀਂ। ਗੱਡੀ ਤਾਂ ਖਰਾਬ ਹੋਈ ਹੈ ਅਤੇ ਟਰੈਕਟਰ 'ਤੇ ਬਹਿ ਕੇ ਅਤੇ ਪੂਰਾ ਮਜ਼ਾ ਲੈ ਰਹੇ ਹਾਂ। ਇਹ ਕਦ ਸਾਡਾ ਮੁਕੰਮਲ ਹੋ ਗਿਆ, ਵੇਖ ਸਕਦੇ ਹੋ ਤੁਸੀਂ। ਹੁਣ ਅਸਾਂ ਸਿਰਫ ਇਹਦੇ 'ਚ ਮੁੰਜੀ ਲਾਉਣੀ ਹੈ। ਲਾ ਬਸਾਂ ਪੁੱਟ ਲਈਏ ਅਤੇ ਹੱਥੀਆਂ ਫੜੀਆਂ ਨੇ ਹੱਥ ਦੇ ਵਿੱਚ, ਅਤੇ ਇਹ ਹੱਥੀਆਂ ਜਿਹੜੀਆਂ ਨਾ ਪੈਲੀ ਦੇ ਵਿੱਚ ਸੁੱਟਣੀਆਂ ਅਤੇ ਫਿਰ ਅਸਾਂ ਜਿਹੜਾ ਨਾ ਲਾਭ ਸ਼ੁਰੂ ਕਰ ਦੇਣੀ ਹੈ ਲਾਉਣੇ। ਹੈਲੋ ਜੀ, ਲਾਭ ਅਸੀਂ ਪੈਲੀ ਦੇ ਵਿੱਚ ਸੁੱਟਣ ਲੱਗੇ ਹਾਂ ਅਤੇ ਮਜ਼ੀਦ ਪਹਿਲਾਂ ਵੀ ਲਾਭ ਅਸਾਂ ਲੈਂਦੀ ਹੈ। ਤਾਂ ਵੇਖ ਸਕਦੇ ਹੋ ਤੁਸੀਂ ਕਿ ਸਾਰੀ ਲਾਭ ਹੀ ਲਾਭ ਹੈ, ਅਤੇ ਹੁਣ ਅਸਾਂ ਜਿਹੜਾ ਨਾ ਲਾਉਣੀ ਸ਼ੁਰੂ ਕਰ ਦੇਣੀ ਹੈ, ਕਿਉਂਕਿ ਮੁੰਡੇ ਵੀ ਤਿੰਨ ਚਾਰ ਨਾਲ ਪਾਏ ਨੇ ਆਪਣੇ ਯਾਰ ਸੱਜਣ, ਅਤੇ ਉਹ ਵੀ ਨਾਲ ਲਾਉਣਗੇ ਅਤੇ ਨਾਲੇ ਤੁਹਾਨੂੰ ਵਾਹਨੇ ਆ ਕਿ ਕਿੰਝ ਲਾਭ ਲੱਗਦੀ ਹੈ। ਅਸਾਂ ਲਾਭ ਪੁੱਟ ਕੇ ਅਤੇ ਸੁੱਟ ਲਈ ਇੱਥੇ ਤਾਂ ਕਿ ਪਹਿਲਾਂ ਲਾਭ ਪੁੱਟੀ ਹੋਏ ਨਾ ਅਤੇ ਫਿਰ ਬੰਦਾ ਲਾ ਸਕਦਾ, ਕਿਉਂਕਿ ਅੰਜ ਜੇ ਲਾਭ ਨਾ ਹੋਏ ਤਾਂ ਫਿਰ ਲੱਗਦੀ ਨਹੀਂ ਹੈ। ਸਾਹ ਜੀ, ਛੱਡ ਦਿਓ ਮੋਬਾਈਲ ਦਾ ਖੈੜਾ ਅਤੇ ਮੁੰਜੀ ਲਾ ਲਓ। ਇੱਧਰ ਵੇਖ ਯਾਰ, ਹੱਥੀਆਂ ਝੁੱਕ ਕੇ ਲਿਆ ਗਾ, ਮੁੰਜੀ ਸ਼ੁਰੂ ਕਰੀਏਗਾ। ਮੈਸੇਜ ਆ ਰਹੇ, ਜ਼ਰਾ ਗੱਲ ਕਰ ਲਈ, ਕੱਲ੍ਹ ਦੀ ਨਾਰਾਜ਼ ਹੋਈ ਯਾਰ। ਛੱਡ ਦੇ ਮੈਸੇਜ ਗਾ, ਮੁਕਾ ਕੰਮ ਨੂੰ ਗਾ, ਸ਼ੁਰੂ ਕਰੀਏ ਕੰਮ। ਹੈਲੋ ਜੀ, ਮੰਗੀ ਸਾਡੀ ਆ ਗਈ ਹੈ ਮੁੰਜੀ ਲਵਾਉਣ ਵਾਸਤੇ, ਅਤੇ ਸਾਰੇ ਆਪਣੇ ਦੋਸਤ ਨੇ ਅਤੇ ਇਹਨਾਂ ਨੂੰ ਸੱਦ ਲਿਆ ਕਿ ਜਾਂ ਕੇ ਸਾਨੂੰ ਮੁੰਜੀ ਸੁੰਜੀ ਲਵਾਓ, ਕਿਉਂਕਿ ਬੰਦੇ ਬਹੁਤੇ ਹੋਵਾਂਗੇ ਅਤੇ ਮੁੰਜੀ ਜਲਦੀ ਲੱਗ ਜਾਏਗੀ। ਇੱਥੇ ਆਪਣੇ ਬੰਦੇ ਜਿਹੜੇ ਨੇ ਮੋਬਾਈਲਾਂ ਦੇ ਨਾਲ ਲੱਗੇ ਨੇ, ਅਤੇ ਜਿਹੜੀ ਮੰਗੀ ਉਹ ਕੀ ਕਰੇ ਹੈ ਵੇਖਾਂ। ਸਾਰੇ ਬੈਠੇ ਨੇ ਵਿਚਾਰੇ, ਆਇਓ ਯਾਰ, ਉੱਠ ਪਵੋ ਤਾਂ ਲਾਈਏ ਮੁੰਜੀ ਗਾ, ਮੁਕਾਈਏ ਕੰਮ ਨੂੰ। ਉੱਠ ਪਵੋ ਯਾਰ ਗਾ, ਚੁੱਕ ਲਓ ਲਾਭ ਗਾ, ਫਟਾਫਟ ਫੜ ਲਓ ਗਾ। ਵੇਖ ਦੋ ਬੰਦੇ ਫੜ ਲਏ ਲਾਭ, ਅਤੇ ਜਾ ਕੇ ਸ਼ੁਰੂ ਕਰੀਏ, ਉੱਠੋ ਤਾਂ। ਆਇਓ ਆਇਓ, ਮੈਂ ਵੀ ਹੱਥੀਆਂ ਚੁੱਕਾਂ ਅਤੇ ਚੱਲੀਏ, ਪੂਰਾ ਫੜਾ ਯਾਰ ਹੱਥੀਆਂ। ਹੈਲੋ ਜੀ, ਬਣ ਗਈ ਜੇ ਸਾਰੇ ਸਾਜੀ, ਇੱਧਰ ਇੱਧਰ ਵੇਖੋ। ਦੱਸੋ ਨੇ ਮੁੰਜੀ ਐਡੀ ਸੌਖੀ ਨਹੀਂ ਲੱਗਦੀ ਹੈ, ਬੜੀ ਔਖੀ ਕਾਰਵਾਈ ਹੈ, ਬੜੀ ਗਰਮੀ ਪੈਣ ਡਈ ਹੈ। ਤੇ ਆਇਓ ਯਾਰ, ਤੁਸੀਂ ਵੀ ਆਇਓ ਇੱਧਰ, ਲਾਈਏਗਾ, ਸ਼ੁਰੂ ਕਰੀਏ ਕੰਮ। ਆਇਓ ਆਪਣੇ ਗ੍ਰਾਹਿਆ ਸਾਹਿਬ ਹੋਰੀ ਨੇ, ਤੇ ਇਹ ਅੱਗੇ ਵੀ ਨਾ ਮੁੰਜੀ ਸੁੰਜੀ ਬੜੇ ਲਾਉਂਦਾ ਵੇ ਹਿੱਲੇ ਦੇ ਨਾਲ, ਤੇ ਇਹਦੀ ਬੜੀ ਮਿਹਰਬਾਨੀ, ਅੱਜ ਭਰਾਵਾ ਆ ਗਿਆ ਸਾਨੂੰ ਮੁੰਜੀ ਲਵਾਉਣ ਵਾਸਤੇ। ਇਸ ਟਾਈਮ ਅਸੀਂ ਜਾ ਰਹੇ ਹਾਂ ਮੁੰਜੀ ਲਾਉਣ, ਤੇ ਇਹ ਹੁਣ ਅਸੀਂ ਇਸ ਟਾਈਮ ਮੁੰਜੀ ਲਾਉਣ ਲੱਗੇ ਹਾਂ, ਵੇਖ ਸਕਦੇ ਹੋ ਤੁਸੀਂ। ਚੌਲ ਖਾਣੇ ਐਡੇ ਸੌਖੇ ਨਹੀਂ ਹੈ, ਇਹ ਕਾਰ ਕਰਨੀ ਪੈਂਦੀ ਹੈ ਤੇ ਫਿਰ ਚੌਲ ਖਾਧੇ ਜਾਂਦੇ ਨੇ, ਇੰਝ ਨਹੀਂ ਖਾਧੇ ਜਾਂਦੇ ਹੈ। ਹੈਲੋ ਵੀ, ਅਸੀਂ ਮੁੰਜੀ ਲੈ ਲਈ ਹੈ ਤੇ ਹੁਣ ਇੰਝ ਲਾਉਣੀ ਜੇ ਮੁੰਜੀ ਆ, ਦੇਖ ਸਕਦੇ ਤੁਸੀਂ। ਸਾਰੇ ਹੀ ਲੱਗੇ ਨਾ ਬੰਦੇ, ਯਾਨੀ ਕਿ ਗਰਮੀ ਤਾਂ ਬੜੀ ਹੈ, ਤੇ ਚਲੋ ਇਹ ਜੇ ਮੁੰਜੀ ਲਾਉਣ ਦਾ ਤਰੀਕਾ ਪਿੰਡਾਂ ਦੇ ਵਿੱਚ, ਤੁਹਾਨੂੰ ਇੰਝ ਦਾ ਮਾਹੌਲ ਲੱਭੇਗਾ ਤੇ ਇੰਝ ਦਾ ਬੰਦਾ ਮੁੰਜੀ ਲਾ ਸਕਦੇ ਹੋ ਤੁਸੀਂ ਇੰਝ। ਗੋਡੇ ਗੋਡੇ ਦੇ ਖੱਪੇ ਛੱਡਣੇ ਕਹਿੰਦੇ ਸੰਘਣੀ ਲਾ।